ਤਾਂ ਦੱਸਦੇ ਕਿ ਯੂ ਟਰਨ ਲੈਂਦੇ ਹੋਏ ਇੱਕ ਪਿਕਅਪ ਨੇ ਬਾਈਕ ਸਵਾਰ ਨੂੰ ਦਰੜ ਦਿੱਤਾ, ਜਿਸ ਤੋਂ ਬਾਅਦ ਇਸ ਸ਼ਖਸ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸਦੇ ਕਿ ਹਾਦਸੇ ਤੋਂ ਬਾਅਦ ਇਸ ਪਿਕਅਪ ਦਾ ਚਾਲਕ ਮੌਕੇ ਤੋਂ ਫਰਾਰ ਹੁੰਦਾ, ਤਾਂ ਸਕੂਟੀ ਤੇ ਪਿੱਛਾ ਕਰਕੇ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸਦੇ ਕਿ ਇਹ ਹਾਦਸਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਹਾਦਸੇ ਦੇ ਵਿੱਚ 68 ਸਾਲਾਂ ਸ਼ਖਸ ਦੀ ਮੌਤ ਹੋ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਤੋਂ ਆਪਣੇ ਪਿੰਡ ਦੇ ਵੱਲ ਜਾ ਰਿਹਾ ਸੀ, ਤਾਂ ਰਸਤੇ ਦੇ ਵਿੱਚ ਜਦ ਇਹ ਯੂ ਟਰਨ ਲੈਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਿੱਛੋਂ ਆ ਰਿਹਾ ਸੀ ਇੱਕ ਪਿਕਅਪ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਨਾਲ ਹੁੰਦਾ ਹੈ, ਤਾਂ ਉਸਦੇ ਵੱਲੋਂ ਸਪੀਡ ਬਿਲਕੁਲ ਵੀ ਘੱਟ ਨਹੀਂ ਕੀਤੀ ਜਾਂਦੀ ਅਤੇ ਇਸ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੁੰਦਾ। ਪਰ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਹਾਦਸੇ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਸ਼ਖਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਦੇ ਵਿੱਚ ਹੀ ਉਸਦੀ ਮੌਤ ਹੋ ਗਈ ਸੀ। ਤਾਂ ਲੋਕਾਂ ਨੇ ਉਸ ਪਿਕਅਪ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਤਾਂ ਦਰਦਨਾਕ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ 68 ਸਾਲਾ ਸ਼ਖਸ ਦੀ ਮੌਤ ਹੋ ਗਈ ਹੈ, ਜੋ ਕਿ ਯੂ ਟਰਨ ਲੈ ਰਿਹਾ ਸੀ, ਤਾਂ ਪਿੱਛੋਂ ਆ ਰਹੀ ਪਿਕਅਪ ਨੇ ਭਿਆਨਕ ਟੱਕਰ ਮਾਰੀ, ਜਿਸ ਕਾਰਨ ਇਸ ਸ਼ਖਸ ਦੀ ਮੌਤ ਹੋ ਗਈ। ਗੱਲ ਕੁਛ ਨੀ ਜੀ, ਇਹ ਬਾਲੋ ਵਾਸੀ ਜਾ ਰਹੇ ਸੀਗੇ ਰਾਸ਼ਨ ਪਾਣੀ ਲੈ ਕੇ, ਬਜ਼ੁਰਗ ਆਪ ਮੋਟਰਸਾਈਕਲ ਵਾਲੇ ਜੀ, ਉਧਰੋਂ ਪਿਕਅਪ ਆ ਰਹੀ ਸੀ ਹਾਈ ਸਪੀਡ, ਉਹਨੇ ਕੋਈ ਰੋਡ ਦਾ ਬਚਾਵ ਨਹੀਂ ਕੀਤਾ ਜੀ, ਕੋਈ ਗੱਡੀ ਸਲੋ ਨਹੀਂ ਕੀਤੀ ਤੇ ਐਕਸੀਡੈਂਟ ਹੋ ਗਿਆ ਜੀ। ਜਦੋਂ ਬੰਦਾ ਡਿੱਗ ਗਿਆ ਤੇ ਉਤਰ ਕੇ ਇਹਨੇ ਪਹਿਲਾਂ ਵੇਖਿਆ, ਫਿਰ ਗੱਡੀ ਭਜਾ ਕੇ ਲੈ ਗਿਆ ਉਹਨੂੰ, ਉੱਥੋਂ ਪੁਲ ਦੇ ਕੋਲੋਂ ਵਾਪਸ ਮੋੜ ਕੇ ਲਿਆਂਦਾ ਪਿਕਅਪ ਵਾਲੇ ਨੂੰ ਜੀ। ਉਸ ਤੋਂ ਬਾਅਦ ਬਸ ਪੁਲਿਸ ਆਈ ਹੈ ਜੀ, ਅਤੇ ਬੰਦੇ ਨੂੰ ਹੋਸਪਿਟਲ ਲੈ ਗਏ ਜੀ ਐਂਬੂਲੈਂਸ ਜੀ। ਗੱਡੀ ਆਈ ਜੀ ਪਿਕਅਪ, ਉੱਥੇ ਐਕਸੀਡੈਂਟ ਹੋਇਆ ਜੀ, ਅਸੀਂ ਇੱਥੇ ਬੈਠੇ ਸੀਗੇ, ਧੂੜ ਉੜਦੀ ਸੀ, ਅਸੀਂ ਇੱਥੋਂ ਭੱਜ ਕੇ ਗਏ, ਉੱਥੇ ਜਾ ਕੇ ਅਸੀਂ ਵੇਖਿਆ, ਅਸੀਂ ਜਾ ਕੇ ਵੇਖਿਆ, ਅਸੀਂ ਇਸ ਮੋਟਰਸਾਈਕਲ ਨੂੰ ਖਿਆਲ ਕੀਤਾ, ਵੇਖਿਆ ਤਾਂ ਬੰਦਾ ਪਰੇ ਪਿਆ ਸੀ ਵਿੱਚ ਫਸਿਆ ਜੀ। ਮੁੜ ਕੇ ਅਸੀਂ ਇੱਧਰੋਂ ਸਮਾਨ ਚੱਕਣ ਲੱਗ ਗਏ ਇਕੱਠਾ ਕਰਕੇ, ਉਹ ਹੀ ਪਿਕਅਪ ਵਾਲਾ ਬੰਦਾ ਭੱਜ ਕੇ ਜਾ ਵੜਿਆ ਸੀਗਾ ਜੀ। ਜਾ ਕੇ ਫਿਰ ਉੱਥੇ ਸਰਦਾਰ ਜੀ, ਉਹਨਾਂ ਨੇ ਪੁੱਠੇ ਮੋੜ ਕੇ ਲਿਆਂਦੀ, ਫਿਰ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ, ਉਹ ਨਹੀਂ ਆਏ ਜੀ। ਜਦੋਂ 108 ਵਾਲੇ 12 ਵਾਲੇ ਅਫਸਰ ਆਏ ਜੀ, ਉਦੋਂ ਗੱਡੀ ਆਈ ਸੀ ਜੀ, ਉਦੋਂ ਪਹਿਲਾਂ ਅਸੀਂ ਕਾਰ 'ਚ ਪਾ ਕੇ ਉਹ ਸਾਡੇ 'ਚ ਲੈ ਗਏ ਸੀ। ਐਕਸੀਡੈਂਟ ਥੋੜ੍ਹਾ ਹੋਇਆ ਜੀ, ਚੌਂਕ ਬਣਦਾ ਇੱਕ ਪਾਸੇ, ਹੋਰ ਨੂੰ ਰਸਤਾ ਜਾਂਦਾ ਇੱਕ ਪਾਸੇ ਬਾਬੂ ਪਾਸ, ਉਸ 'ਤੇ ਹੋਇਆ ਜੀ, ਉੱਥੇ ਨਾ ਅੰਡਰਪਾਸ ਰੋਡ ਦੇ ਅੰਦਰ ਬ੍ਰਿਜ ਕਰਕੇ ਐਕਸੀਡੈਂਟ ਹੋਇਆ, ਹਰ ਦਿਨ ਮੌਤਾਂ ਹੋ ਗਈ, ਐਕਸੀਡੈਂਟ ਰੋਜ਼ ਹੋ ਗਿਆ। ਇੱਕ ਨੈਸ਼ਨਲ ਹਾਈਵੇ ਵਾਲਿਆਂ ਨੇ ਕਲੀਅਰ ਕਿਹਾ ਨਹੀਂ ਰੱਖਿਆ ਕਿ ਇਹਨੂੰ ਅੰਡਰਪਾਸ ਜਾਂ ਇੱਥੇ ਡਿਵਾਈਡਰ ਜਾਂ ਖੱਡ ਵੱਧ ਹੁੰਦਾ ਜਾਂ ਪਾਸ ਖੁੱਲ੍ਹੀ ਦਾ ਜਾਂ ਚੌਂਕ ਬਣਦਾ ਜਾਂ ਕੋਈ ਹੋਰ ਕਾਰਨ ਜਿਹਦੇ ਨਾਲ ਕੋਈ ਬੰਦਾ ਰੁਕਦਾ ਉੱਥੇ, ਅਤੇ ਉਧਰੋਂ 100-150 ਦੀ ਸਪੀਡ ਤੋਂ ਉਧਰੋਂ ਗੱਡੀ ਆਉਂਦੀ, ਉਧਰੋਂ ਆਉਂਦੀ, ਦੋਨੇ ਪਾਸੇ ਫਲਾਈਓਵਰ ਉੱਤਰ ਕੇ ਆਉਂਦੀ, ਜਿਹੜੀ ਚੈਲੇਂਜ ਕਰੋਸਿੰਗ ਹੁੰਦੀ ਉੱਥੇ ਬੰਦੇ ਦਾ ਖਾਸ। ਇਹ ਰਤਨ ਸਿੰਘ ਸੀ, ਮੇਰੀ ਮਾਸੀ ਜੀ ਦਾ ਬੇਟਾ ਸੀਗਾ, ਭਾਵਨਾ ਸਿੰਘ ਪਿੰਡ ਕੋਈ ਪਿੱਕਾ ਪਾਈ ਗਿਆ, ਪਤਾ ਨਹੀਂ ਮੈਂ ਤਾਂ ਵੇਖਿਆ ਨਹੀਂ ਪਿੱਕਾ ਵਾਲਾ, ਉਹਨੇ ਨਾ ਉਹ ਤਾਂ ਪੈਟਰੋਲ ਜਾਂ ਕਰੋਸਿੰਗ ਹੋ ਰਿਹਾ ਸੀ। ਪ੍ਰਸ਼ਾਸਨ ਦੇ ਇਹ ਵੀ ਐਕਸੀਡੈਂਟ ਤਾਂ ਕੁਦਰਤੀ ਜਾਨ ਵਿੱਚ ਕੇ ਤਾਂ ਕੋਈ ਵੀ ਨਹੀਂ ਕਰਦਾ, ਪਰ ਜਿਹੜਾ ਸਰਕਾਰ ਹੈ ਇੱਥੇ ਲਾਈਟਾਂ ਵਗੈਰਾ ਜਾਂ ਇਹਨੂੰ ਅੰਡਰਪਾਸ ਜਾਂ ਅੰਡਰ ਬ੍ਰਿਜ ਬਣਾ ਕੇ, ਇਹ ਅੱਗੇ ਤੋਂ ਕੋਈ ਇਹੋ ਜਿਹੀ ਜਿਵੇਂ ਅੱਜ ਸਾਡੇ ਨਾਲ ਹੋ ਗਈ ਹੈ ਡੈਥ ਹੋ ਗਈ ਹੈ ਇਹਦੀ ਸ਼ਮਸ਼ੇਰ ਸਿੰਘ ਦੀ, ਅਤੇ ਅੱਗੇ ਤੋਂ ਇਸ ਤਰ੍ਹਾਂ ਕੋਈ ਡੈਥ ਦਾ ਕਾਰਨ ਆ ਰਹੇ ਸੀ, ਲੰਘ ਰਹੇ ਸੀ ਅਸੀਂ, ਅਤੇ ਵੇਖਿਆ ਸੀ ਐਕਸੀਡੈਂਟ ਹੋਇਆ ਪਿਆ, ਵੇਖਿਆ ਤਾਂ ਫਿਰ ਅਸੀਂ ਵੇਖਿਆ ਤਾਂ ਐਂਬੂਲੈਂਸ ਵਾਲਿਆਂ ਨੂੰ ਫੋਨ ਵੀ ਕੀਤਾ, ਐਂਬੂਲੈਂਸ 15-20 ਮਿੰਟ ਲਾ ਕੇ ਅੱਧਾ ਘੰਟਾ ਹੀ ਲਾਤਾ ਕਰੀਬ ਕਰੀਬ ਇਹਨਾਂ ਨੂੰ, ਫਿਰ ਅਸੀਂ ਮੇਰਾ ਬ੍ਰਦਰ ਲੰਘ ਗਿਆ, ਕੋਈ ਵੀ ਆ ਗਿਆ, ਫਿਰ ਅਸੀਂ ਉਹਨਾਂ ਨੇ ਗੱਡੀ ਚੁੱਕ ਕੇ ਹੋਰ ਬੰਦਿਆਂ ਦੀ ਮਦਦ ਨਾਲ, ਸਾਰੇ ਰਿਸ਼ਤੇਦਾਰ ਵੀ ਆ ਗਿਆ ਸੀ, ਉਹਨਾਂ ਦਾ ਭਰਾ ਵੀ ਉੱਥੇ, ਫਿਰ ਚੁੱਕ ਕੇ ਸਿਮਰ ਉਹਨਾਂ ਦਾ ਨਾਮ ਸ਼ਮਸ਼ੇਰ ਸਿੰਘ ਹੈ, ਭਾਵਨਾ ਸਿੰਘ, ਉਹ ਗਲਤ ਬਣਿਆ ਹੋਇਆ ਨਹੀਂ, ਕਰੋਸਿੰਗ ਗਲਤ ਹੈ, ਹਾਦਸੇ ਹੁੰਦੇ ਰਹਿੰਦੇ ਉੱਥੇ, ਇੱਕ ਦੋ ਜਨ ਮੈਂ ਅੱਗੇ ਵੀ ਜਾ ਚੁੱਕੀ ਹਾਂ, ਹਾਲੇ ਨੂੰ 6 ਮਹੀਨੇ ਸਾਲ ਹੋਇਆ ਨਹੀਂ ਗਾ ਬਣੀ, ਚਾਹਣੀਆਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤਾਂ ਕੋਈ ਹੱਲ ਦਿੱਤਾ ਜਾਵੇ, ਤਾਂ ਕਿ ਕਿਸੇ ਵੀ ਭੈਣ ਭਰਾ ਨੂੰ ਇਹਦੀ ਚੀਜ਼ ਨਾ ਦਿੱਕਤ ਆ। ਜੀ ਆਪਣੇ ਇੱਥੋਂ ਬਾਬਲ ਵਾਸੀ ਦੇ ਰਹਿਣ ਵਾਲੇ ਹੈਗੇ ਆ, ਆਪਣੇ ਸ਼ਮਸ਼ੇਰ ਸਿੰਘ ਨਾਮ, ਸਨਮੁਖ ਰਤਨ ਸਿੰਘ,
ਤੇ ਇਹਨਾਂ ਦਾ ਸੀ ਫੇਟ ਦੇ ਸਾਹਮਣੇ ਜੋ ਚੌਂਕ ਹੈਗਾ ਬਾਈਪਾਸ ਤੇ ਉੱਥੇ ਕਹਿੰਦੇ ਐਕਸੀਡੈਂਟ ਹੋਇਆ ਤੇ ਪੇਸ਼ੈਂਟ ਇੱਥੇ ਆਇਆ ਤੇ ਬਰੋਡ ਡੈਡ ਹੈਗਾ, ਕਾਫੀ ਇੰਜਰੀਜ ਹੈਗੀਆਂ, ਲੱਗਦਾ ਕਿ ਖੂਨ ਵਹਿਣ ਨਾਲ, ਜ਼ਿਆਦਾ ਖੂਨ ਵਹਿਣ ਨਾਲ ਉਹਨਾਂ ਦੀ ਡੈਥ ਹੋ ਗਈ, ਆਪਣੇ ਕੋਲ ਬਰੋਡ ਡੈਡ ਹੈਗੇ ਆ।